ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ। ਇਹ ਕਹਾਣੀ ਪਿੰਡ ਰਹਿੰਦੇ ਮਾਂ ਅਤੇ ਪੁੱਤ ਦੀ ਹੈ, ਜਿਸ ਪੁੱਤ ਦੇ ਸਿਰ 'ਤੇ ਆਪਣੇ ਪਿਓ ਦਾ ਸਾਇਆ ਨਹੀਂ ਹੈ ਅਤੇ ਉਹ ਆਪਣੇ ਮਾਂ ਦੀ ਬਿਲਕੁਲ ਵੀ ਕਦਰ ਨਹੀਂ ਕਰਦਾ। ਆਓ ਦੇਖਦੇ ਹਾਂ ਉਹਨਾਂ ਦੀ ਕਹਾਣੀ। ਹੈਲੋ, ਚੱਲ ਆ ਜਾ ਯਾਰ, ਹੋ ਜਾਣਾ ਤਿਆਰ। ਅੱਜ ਤਾਂ ਮੇਰਾ ਪੁੱਤ ਸਵੇਰਾ ਹੀ ਤਿਆਰ ਹੋ ਗਿਆ। ਚੱਲ ਪੁੱਤ, ਆਪਾਂ ਗੁਰਦੁਆਰੇ ਮੱਥਾ ਟੇਕ ਆਈਏ। ਆ ਗਿਆ। ਉਹ ਕੀ ਗੁਰਦੁਆਰਾ ਗੁਰਦੁਆਰਾ ਲਈ ਆ ਯਾਰ, ਮੈਨੂੰ ਹੋਰ ਵੀ ਬਹੁਤ ਕੰਮ ਹੁੰਦੇ ਆ, ਆਪੇ ਜਾਵੜਾ ਤੁਰ ਕੇ। ਵੇ ਪੁੱਤ, ਆਪਾਂ ਘਰ 'ਚ ਦੋ ਜਣੇ ਆ ਵੇ, ਵੇ ਕਦੇ ਦੁੱਖ ਸੁੱਖ ਸਾਂਝਾ ਮੇਰੇ ਨਾਲ ਵੀ ਕਰ ਲਿਆ ਕਰ ਵੇ। ਯਾਰ ਕਦੇ ਰੈਸਟ ਵੀ ਕਰ ਲਿਆ ਕਰੋ, ਜਦੋਂ ਮਰਜ਼ੀ ਦੇਖ ਲਓ, ਸਾਰਾ ਦਿਨ ਬੋਲੀ ਜਾਂਦੇ ਹੋ ਤੁਸੀਂ।
ਕੋਈ ਨੀ ਕੋਈ ਨੀ ਬੈਠੋ ਤੁਸੀਂ ਬੈਠੋ ਤੁਸੀਂ ਮੈਂ ਲਾ ਦੇਣਾ ਕੋਈ ਨੀ ਮੈਂ ਲਾ ਦੇਣਾ ਹੁਣ ਹੈਲੋ ਉਹ ਦੀਪ ਦੀ ਮਾਂ ਬਹੁਤ ਬਿਮਾਰ ਹੈ ਅੱਛਾ ਸੁਨੇਹਾ ਲਾ ਬਾਹਰ ਆਇਆ ਸੀ ਮੈਂ ਕੋਠੀ ਜਾ ਕੇ ਉਹਦੇ ਨਾਲ ਗੱਲ ਕਰਦਾ ਚੱਲ ਠੀਕ ਹੈ ਮੈਨੂੰ ਸੋ ਲੈਣ ਦੇ ਬਾਲੇ ਸਿਆਣੇ ਨਾ ਬਣਿਆ ਕਰੋ ਬਾਈ ਦੀਪ ਉੱਠ ਜਾ ਸੂਰਜ ਦੇ ਕਿੱਥੇ ਆ ਗਿਆ ਚਾਹ ਚੂ ਦਾ ਪਿਆ ਦੇ ਪੀਲਾ ਉੱਠ ਗਏ ਇੱਥੇ ਤੇਰੀ ਮਾਂ ਬੈਠੀ ਆ ਸੁੱਖ ਕਿੱਥੇ ਹੋਏ ਬਈ ਉਹ ਤੇ ਆਪਣੀ ਮਾਂ ਨਾਲ ਗਿਆ ਗੁਰਦੁਆਰੇ ਬਈ ਉਹ ਤੇ ਡੇਲੀ ਗੁਰਦੁਆਰੇ ਜਾਂਦਾ ਆਪਣੀ ਮਾਂ ਦੇ ਨਾਲ ਅੱਜ ਤੇ ਫਿਰ ਸੰਗਰਾਂਦ ਆ ਤੂੰ ਹੀ ਆ ਜਿਹੜਾ ਨਹੀਂ ਜਾਂਦਾ ਜਿਹੜਾ ਨਹੀਂ ਸੁਣਦਾ ਮਾਂ ਦੀ ਮੈਂ ਲੱਗਦਾ ਦੋਸਤੋ ਮਾਂ ਅਤੇ ਪਿਓ ਜ਼ਿੰਦਗੀ ਦੇ ਵਿੱਚ ਸਿਰਫ ਆਪਾਂ ਨੂੰ ਇੱਕ ਵਾਰ ਮਿਲਦੇ ਨੇ ਅਤੇ ਆਪਾਂ ਨੂੰ ਉਹਨਾਂ ਦੀ ਸੇਵਾ ਅਤੇ ਕਦਰ ਕਰਨੀ ਚਾਹੀਦੀ ਹੈ ਕਿਤੇ ਇਹ ਨਾ ਹੋਵੇ ਤੁਸੀਂ ਵੀ ਮੋਬਾਈਲਾਂ ਵਿੱਚ ਲੱਗੇ ਰਹੋ ਅਤੇ ਬਾਅਦ ਵਿੱਚ ਤੁਹਾਨੂੰ ਪਛਤਾਉਣਾ ਪਵੇ।